ਤੇਰੇ ਪਾਪਿਆ ਪਿੰਡਾਂ ਕਰਕੇ ਆ ਜਸੋਂ ਵਾਲਾ ਸਾਰੇ ਉੱਥੇ ਹੀ ਜੰਮੇ ਪਲੇ ਸੀ ਤੇਰੇ ਤਾਏ ਚਾਚੇ ਤੇ ਏਦਾਂ ਕਿਸੇ ਕਾਰਨ ਇੱਥੋਂ ਉਹਨਾਂ ਨੂੰ ਜਾਣਾ ਪੈ ਗਿਆ। ਦੱਸਦੀ ਹੁੰਦੀ ਵੀ ਤੇ ਵੀ ਪਿੰਡ ਦੇ ਬੰਦੇ ਆ ਬਹੁਤ ਚੰਗੇ ਸੀ ਸਾਰੇ। ਮੇਰੇ ਡੈਡੀ ਹੁਣੀ ਪੰਜ ਭਰਾ ਸੀਗੇ। ਤੁਹਾਡੇ ਡੈਡੀ ਹੁਣੀ ਪੰਜ ਭਰਾ ਸੀ। ਕੀ ਕੀ ਨਾਮ ਸੀ ਉਹਨਾਂ ਦੇ? ਮੇਰੇ ਵੱਡੇ ਤਾਇਆ ਜੀ ਦਾ ਨਾਮ ਹੈਗਾ ਸੀ ਗੁਰਦਿਆਲ ਸਿੰਘ। ਅੱਛਾ। ਉਦੋ ਛੋਟਿਆਂ ਦਾ ਸੀਗਾ ਸੂਰਤ ਸਿੰਘ। ਹੂੰ। ਤੇ ਛੋਟੇ ਸੀ ਸਰਦਾਰ ਜਗੀਰ ਸਿੰਘ। ਜਗੀਰ ਸਿੰਘ। ਤੇ ਸਭ ਤੋਂ ਛੋਟੇ ਸੀ ਮੇਰੇ ਪਾਪਾ ਹਰਪੰਜ ਸਿੰਘ। ਅੱਛਾ, ਤੁਹਾਡੇ ਦਾਦਾ ਜੀ ਦਾਦੀ ਜੀ ਕੀ ਕੀ ਦੱਸਦੇ ਸੀ? ਕਿੱਥੇ ਸੋਨਾ ਦੱਬਿਆ ਸੀਗਾ? ਹਾਂਜੀ, ਜਿਹੜਾ ਦਲਾਨ ਸੀਗਾ ਉਹਨਾਂ ਦਾ ਨਾ ਉੱਥੇ, ਉਹਦੇ ਵਿੱਚ ਕਹਿੰਦੇ ਸੀ ਅਸੀਂ ਗਾਗਰਾਂ ਦੇ ਵਿੱਚ ਸੋਨਾ ਦੱਬੇ ਆਏ ਸੀ। ਅੱਛਾ, ਤੇ ਹੁਣ ਤੁਸੀਂ ਪਿੰਡ ਵੇਖਣ ਆਏ ਹੋ ਜਾਂ ਸੋਨਾ ਲੈਣ ਆਏ ਹੋ? ਦੱਸੋ ਪਹਿਲੇ। ਮੈਂ ਕਿਹਾ ਉਹਨਾਂ ਦੇ ਅੱਗੇ ਕਰਾਂਗੇ ਬੇਨਤੀ ਕਿ ਸਾਨੂੰ ਟੋਆ ਪੁੱਟ ਲੈਣ ਦਾ ਸ਼ੌਕ, ਸਾਨੂੰ ਦੱਸੋ ਵੀ ਇੱਥੇ ਦਲਾਨ ਕਿਹੜਾ ਸੀਗਾ ਤੇ ਵੀ ਆਪਾਂ ਅੱਧੋ ਅੱਧ ਕਰ ਲਾਂਗੇ। ਅਜਾ ਮੈਨੂੰ ਐ ਤੇ ਨਹੀਂ ਪਤਾ ਕਿ ਸੋਨਾ ਤੁਹਾਨੂੰ ਲੱਭਣਾ ਕਿ ਨਹੀਂ ਲੱਭਣਾ, ਤੁਹਾਡੇ ਪਿੰਡ ਵਾਲਿਆਂ ਨੇ ਪੂਰਾ ਪਿੰਡ ਪੜ ਛੱਡਣਾ। ਹਾਂਜੀ, ਤੇ ਮੇਰਾ ਬ੍ਰਦਰ ਕਹਿੰਦਾ ਸੋਨਾ ਲੱਭਦੇ ਆ। ਇਹ ਵੀ ਦੱਸ ਦਵਾਂ ਵੀ ਮੇਰਾ ਬ੍ਰਦਰ ਕਹਿੰਦਾ ਵੀ ਉਹਦੇ ਉੱਤੇ ਚਿੱਟਾ ਸੱਪ ਬੈਠਾ, ਆਪਾਂ ਨਹੀਂ ਸੋਨਾ ਕੱਢਣਾ। ਉਹਨਾਂ ਨੇ ਸਾਨੂੰ ਉਹਦਾ ਦੱਸਿਆ ਦੈਟ ਪਾਕਿਸਤਾਨ ਵਿੱਚ ਰਹਿੰਦੇ ਸੀ, ਉੱਥੇ ਬੜਾ ਸੋਹਣਾ ਪਿੰਡ ਹੈ, ਉੱਥੇ ਲੋਕੀ ਵੀ ਬਹੁਤ ਨਾਈਸ ਸੀ। ਯਾ ਮੇਰੀ ਨਾਨੀ ਜੀ ਵੀ, ਉਹਨਾਂ ਦਾ ਵੀ ਇੱਥੇ ਬਰਥ ਸੀ, ਉਹ ਵੀ ਜਦੋਂ 13 ਸਾਲ ਦੇ ਸੀ ਜਦੋਂ ਪਾਰਟੀਸ਼ਨ ਹੋਈ ਸੀ, ਉਹ ਵੀ ਦੱਸਦੇ ਸੀ ਵੀ ਉਹਨਾਂ ਦੀ ਚਾਈਲਡਹੁੱਡ ਇੱਥੇ ਸੀ, ਸੋ ਉਹਨਾਂ ਦਾ ਮੰਗਣਾ ਵੀ ਇੱਥੇ ਹੋਇਆ ਸੀ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਵੱਖ ਵੱਖ ਥਾਵਾਂ 'ਤੇ ਜਾ ਕੇ ਪੰਜਾਬ ਦੀਆਂ ਮਾਣਮਤੀਆਂ ਸ਼ਖਸੀਅਤਾਂ, ਪੰਜਾਬ ਦੇ ਰੰਗ ਆਪ ਜੀ ਦੇ ਰੂਬਰੂ ਕਰਦੀ ਰਹਿੰਦੀ ਹੈ, ਔਰ ਇਸੇ ਹੀ ਰੰਗਾਂ ਨੂੰ ਲੈ ਕੇ ਸਾਡੇ ਕੋਲ ਇੱਕ ਫੈਮਿਲੀ ਜੋ USA ਤੋਂ ਚੱਲ ਕੇ ਆਈ ਹੈ, ਆਓ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਦਾ ਪਾਕਿਸਤਾਨ ਨਾਲ ਕੀ ਰਿਸ਼ਤਾ ਹੈ। ਭਾਈ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ ਤੁਹਾਡਾ? ਬਲਵਿੰਦਰ ਢਿੱਲੋਂ। ਬਲਵਿੰਦਰ ਢਿੱਲੋਂ ਜੀ। ਤੇ ਤੁਹਾਡੇ ਮਾਤਾ ਪਿਤਾ ਜੀ ਦਾ? ਪਿਤਾ ਜੀ ਦਾ ਨਾਮ ਹਰਬੰਸ ਸਿੰਘ ਢਿੱਲੋਂ। ਹਰਬੰਸ ਸਿੰਘ ਢਿੱਲੋਂ। ਮਾਤਾ ਜੀ ਦਾ ਨਾਮ ਗੁਰਮੀਤ ਕੌਰ ਢਿੱਲੋਂ। ਗੁਰਮੀਤ ਕੌਰ ਢਿੱਲੋਂ। ਤੇ ਤੁਹਾਡਾ ਪਾਕਿਸਤਾਨ ਦੀ ਕਿੱਦਾਂ ਫੇਰੀ ਲੱਗੀ ਹੁਣ? ਪਾਕਿਸਤਾਨ ਦੀ ਫੇਰੀ ਇਸ ਕਰਕੇ ਲੱਗੀ, ਅਸੀਂ ਕੈਲੀਫੋਰਨੀਆ ਮੈਡਸਟੋ ਤੋਂ ਆਏ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ। ਅੱਛਾ, ਕਿਹੜਾ ਤੁਹਾਡੇ ਫੋਰ ਫਾਦਰਸ ਦਾ ਪਿੰਡ ਕਿਹੜਾ ਸੀਗਾ ਤੁਹਾਡਾ? ਮੇਰੇ ਫਾਦਰ ਜੀ ਦਾ ਪਿੰਡ ਸੀਗਾ ਚੰਚਲ ਸਿੰਘ ਵਾਲਾ। ਚੰਚਲ ਸਿੰਘ ਵਾਲਾ। ਹਾਂਜੀ, ਮੇਰੇ ਤਿੰਨ ਮੇਰੇ ਦਾਦੇ ਰਹਿੰਦੇ ਸੀ ਇੱਥੇ, ਫੌਜਾ ਸਿੰਘ ਢਿੱਲੋਂ, ਸਰਦਾਰ ਨਿਰੰਜਨ ਸਿੰਘ ਢਿੱਲੋਂ। ਨਿਰੰਜਨ ਸਿੰਘ ਢਿੱਲੋਂ। ਹਾਂਜੀ। ਅੱਛਾ, ਤੇ ਉਹਨਾਂ ਦੇ ਵੀ ਸਾਰੇ ਬੱਚੇ ਇੱਥੇ ਸੀਗੇ। ਤੇ ਉਹ ਸਾਰੇ ਚੰਚਲ ਚੰਚਲ ਵਾਲੇ ਚ ਰਹਿੰਦੇ ਸੀ? ਹਾਂਜੀ, ਸਾਰੇ ਉੱਥੇ ਤੰਨੇ ਉੱਥੇ ਰਹਿੰਦੇ ਸੀਗੇ। ਸਹੀ ਹੋ ਗਿਆ। ਹਾਂਜੀ, ਤੇ ਜਦੋਂ ਪਿਤਾ ਜੀ ਤੁਸੀਂ 47 ਚ ਇੱਥੋਂ ਗਏ ਹੋ, ਉੱਥੇ ਜਾ ਕੇ ਕਿੱਥੇ ਵਸੇ ਹੋ ਤੁਸੀਂ? ਅਸੀਂ ਉੱਥੇ ਜਾ ਕੇ ਵਸੇ ਸੀ ਗੰਗਾਨਗਰ। ਗੰਗਾਨਗਰ ਡਿਸਟ੍ਰਿਕਟ? ਡਿਸਟ੍ਰਿਕਟ ਗੰਗਾਨਗਰ, ਪਿੰਡ ਸਾਡਾ ਰੱਤੇ ਵਾਲਾ ਸੀ। ਰੱਤੇ ਵਾਲਾ। ਹਾਂਜੀ, ਸਹੀ। ਤੇ ਪਿਤਾ ਜੀ ਤੁਹਾਡੇ ਦੱਸਦੇ ਸੀਗੇ ਕਿ 47 ਦੇ ਵਿੱਚ ਕਿੱਦਾਂ ਅਸੀਂ ਉੱਥੋਂ ਉੱਠ ਕੇ ਆਏ ਹਾਂ, ਕੀ ਹੋਇਆ ਸੀਗਾ? ਮੇਰੇ ਪਿਤਾ ਜੀ ਵੀ ਦੱਸਦੇ ਹੁੰਦੇ ਸੀਗੇ ਸਾਨੂੰ, ਪਰ ਜ਼ਿਆਦਾ ਸਾਡੀ ਮੇਰੀ ਦਾਦੀ ਸਾਨੂੰ ਦੱਸਦੀ ਹੁੰਦੀ ਸੀ। ਦਾਦੀ ਜੀ ਦਾ ਕੀ ਨਾਮ ਤੁਹਾਡਾ? ਦਾਦੀ ਜੀ ਦਾ ਨਾਮ ਸੀ ਪਾਲ ਕੌਰ। ਪਾਲ ਕੌਰ। ਹਾਂਜੀ, ਠੀਕ ਠੀਕ ਠੀਕ। ਤੇ ਉਹ ਸਾਨੂੰ ਇੱਥੋਂ ਪਾਕਿਸਤਾਨ ਬਾਰੇ ਦੱਸਦੇ ਹੁੰਦੇ ਸੀਗੇ ਵੀ ਆਪਣਾ ਤੇਰੇ ਪਾਪੇ ਦਾ ਨਾਂ ਹੈਗਾ ਸੀਗਾ, ਤੇਰੇ ਪਾਪੇ ਪਿੰਡਾਂ ਕਰਕੇ ਜਸੋਂ ਵਾਲਾ ਸਾਰੇ ਉੱਥੇ ਹੀ ਜੰਮੇ ਪਲੇ ਸੀ ਤੇਰੇ ਤਾਏ ਚਾਚੇ, ਤੇ ਏਦਾਂ ਕਿਸੇ ਕਾਰਨ ਇੱਥੋਂ ਉਹਨਾਂ ਨੂੰ ਜਾਣਾ ਪੈ ਗਿਆ। ਅੱਛਾ, ਦਾਦੀ ਜੀ ਹੋਰ ਕੁਛ ਦੱਸਦੇ ਸੀ ਕਿ ਕਿੱਦਾਂ ਮਤਲਬ ਤੁਹਾਡੀ ਫੈਮਿਲੀ ਕਿੱਦਾਂ ਪਹੁੰਚੀ ਇੰਡੀਆ? ਕੋਈ ਨੁਕਸਾਨ ਤਾਂ ਨਹੀਂ ਹੋਇਆ ਰਸਤੇ 'ਚ? ਨਹੀਂ, ਮੇਰੀ ਦਾਦੀ ਦੱਸਦੀ ਹੁੰਦੀ ਸੀ ਕੋਈ ਨੁਕਸਾਨ ਨਹੀਂ ਹੋਇਆ, ਠੀਕ ਠਾਕ ਸਾਰੇ ਪਹੁੰਚ ਗਏ ਸੀਗੇ। ਹਾਂਜੀ, ਵੈਸੇ ਤਾਂ ਆਪਣੇ ਵਤਨ ਤੋਂ ਬੇਵਤਨ ਹੋਣਾ ਸਭ ਤੋਂ ਵੱਡਾ ਨੁਕਸਾਨ ਹੈ, ਲੇਕਿਨ ਫਿਰ ਵੀ ਜਾਨੀ ਨੁਕਸਾਨ ਤਾਂ ਕੋਈ ਨਹੀਂ ਨਾ ਹੋਇਆ? ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਅੱਛਾ, ਹੁਣ ਤੁਸੀਂ
72 ਵਰਿਆਂ ਬਾਅਦ ਲੈ ਲਓ, ਵੈਸੇ ਤੁਹਾਡੀ ਉਮਰ ਤਾਂ ਮੇਰੇ ਖਿਆਲ ਆ ਤੁਹਾਡਾ ਜਨਮ 47 ਤੋਂ ਬਾਅਦ ਦਾ ਹੋਣਾ ਵਾ। ਲੇਕਿਨ ਆਪਣੇ ਪਿੰਡ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚੋਂ ਮੇਰੇ ਖਿਆਲ ਆ ਕੋਈ 72 ਸਾਲਾਂ ਬਾਅਦ ਕੋਈ ਜਿਹੜਾ ਹੈ ਉਹਨਾਂ ਨੇ ਪੈਰ ਆਪਣਾ ਰੱਖਿਆ ਹੋਏਗਾ। ਸੋ ਤੁਹਾਡੇ ਨਾਲ ਹੋਰ ਕੌਣ ਕੌਣ ਨੇ ਇੱਥੇ ਜੋ ਪਿੰਡ ਵੇਖਣ ਆਏ ਨੇ? ਮੇਰੇ ਨਾਲ ਮੇਰੀ ਇੱਕ ਬੇਟੀ ਜੀ, ਅੱਛਾ, ਇੱਕ ਮੇਰੀ ਭਾਣਜੀ ਆਈ ਜੀ, ਠੀਕ ਹੈ, ਇੱਕ ਮੇਰੇ ਬਦਲਾ ਜੀ, ਠੀਕ ਹੈ, ਔਰ ਇੱਕ ਮੇਰੀ ਸਿਸਟਰ ਜੀ। ਅੱਛਾ, ਸਿਸਟਰ ਵੀ ਤੁਹਾਡੇ ਨਾਲ ਹੀ ਹੈ? ਹਾਂਜੀ, ਤੇ ਮੇਰੇ ਮਾਮੇ ਦੇ ਲੜਕੇ 3 ਆਏ ਸੀਗੇ, ਤੇ ਉਹਨਾਂ ਦੀ ਵਾਈਫ ਆਈ ਸੀਗੀ ਨਾਲ। ਭੈਣ ਜੀ ਤੁਹਾਡਾ ਕੀ ਨਾਂ ਜੀ? ਕਮਲਜੀਤ। ਕਮਲਜੀਤ ਕੌਰ, ਤੁਸੀਂ ਵੀ ਕੈਲੀਫੋਰਨੀਆ ਤੋਂ? ਹਾਂਜੀ। ਅੱਛਾ, ਤੇ ਹੁਣ ਕੀ ਤੁਹਾਡੇ ਜ਼ਿਹਨ ਦੇ ਵਿੱਚ ਕੀ ਸਕੈਚ ਹੈ ਕਿ ਮੈਂ ਪਾਕਿਸਤਾਨ ਆਈ ਹਾਂ ਜਾਂ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕਣਾ ਜਾਂ ਆਪਣੇ ਫੋਰ ਫਾਦਰਸ ਦੇ ਪਿੰਡ ਜਾਣਾ ਵਾ, ਕੀ ਜ਼ਿਹਨ 'ਚ ਤੁਹਾਡੇ ਸੋਚ ਵਿਚਾਰ ਆ? ਪਹਿਲਾਂ ਤਾਂ ਮੇਰਾ ਇਹ ਸੀਗਾ ਕਿ ਮੈਂ ਸਾਰੇ ਵੀ ਜਿੱਦਾਂ ਗੁਰਦੁਆਰਿਆਂ ਦੇ ਦਰਸ਼ਨ ਕਰਾਂ, ਮੱਥਾ ਟੇਕਾਂ, ਬੜੀ ਖੁਸ਼ੀ ਹੋਈ। ਫਿਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਿਤਾ ਜੀ ਦਾ ਪਿੰਡ ਦੇਖਾਂ। ਹਾਂਜੀ, ਤੇ ਮੇਰੇ ਡੈਡੀ ਹੁਣੀ 5 ਭਰਾ ਸੀਗੇ। ਤੁਹਾਡੇ ਚਾਚਿਆਂ ਚੋਂ ਕੌਣ ਕੋਈ ਹੈਗਾ ਹੁਣ? ਸਾਰੇ ਤਾਏ ਮੇਰੇ ਛੋਟੇ ਸੀ। ਇਸ ਵੇਲੇ ਕੋਈ ਨਹੀਂ ਹੈਗਾ? ਕੋਈ ਵੀ ਨਹੀਂ ਹੈਗਾ? ਹਾਂਜੀ, ਸਾਡੀ ਫੈਮਿਲੀ ਚ ਕੋਈ ਨਹੀਂ ਹੈਗਾ, ਵੱਡਾ ਕੋਈ ਨਹੀਂ ਹੈਗਾ। ਹਾਂਜੀ, ਮੇਰੀ ਦੂਸਰੇ ਚਾਚਾ ਜੀ ਦੇ ਲੜਕੇ ਹੈਗੇ ਤੇ ਰਹਿੰਦੇ ਆ ਟਰਲਕ, ਸਰਦਾਰ ਦਲਜੀਤ ਸਿੰਘ। ਦਲਜੀਤ ਸਿੰਘ, ਹਾਂਜੀ, ਉਹ ਕਿੱਥੇ ਰਹਿੰਦੇ? ਉਹ ਟਰਲਕ ਰਹਿੰਦੇ ਨੇ, ਲਾਗੇ ਰਹਿੰਦੇ। ਹਾਂਜੀ। ਅੱਛਾ, ਤੁਹਾਡੇ ਦਾਦਾ ਜੀ ਦਾਦੀ ਜੀ ਕੀ ਕੀ ਦੱਸਦੇ ਸੀ, ਕਿੱਥੇ ਸੋਨਾ ਦੱਬਿਆ ਸੀਗਾ? ਹਾਂਜੀ, ਜਿਹੜਾ ਦਲਾਨ ਸੀਗਾ ਉਹਨਾਂ ਦਾ ਨਾ ਉੱਥੇ, ਉਹਦੇ ਵਿੱਚ ਕਹਿੰਦੇ ਸੀ ਅਸੀਂ ਗਾਗਰਾਂ ਦੇ ਵਿੱਚ ਸੋਨਾ ਦਾਬੇ ਆਏ ਸੀ। ਅੱਛਾ, ਤੇ ਹੁਣ ਤੁਸੀਂ ਪਿੰਡ ਵੇਖਣ ਆਏ ਹੋ ਜਾਂ ਸੋਨਾ ਲੈਣ ਆਏ ਹੋ? ਦੱਸੋ ਪਹਿਲੇ। ਮੈਂ ਕਿਹਾ ਉਹਨਾਂ ਦੇ ਅੱਗੇ ਕਰਾਂਗੇ ਬੇਨਤੀ ਕਿ ਸਾਨੂੰ ਟੋਆ ਪੁੱਟ ਲੈਣ ਦੇ, ਪਹਿਲਾਂ ਸਾਨੂੰ ਦੱਸੋ ਵੀ ਇੱਥੇ ਦਲਾਨ ਕਿਹੜਾ ਸੀਗਾ ਤੇ ਵੀ ਆਪਾਂ ਅੱਧੋ ਅੱਧ ਕਰ ਲਾਂਗੇ। ਅੱਛਾ, ਮੈਨੂੰ ਇਹ ਤੇ ਨਹੀਂ ਪਤਾ ਕਿ ਸੋਨਾ ਤੁਹਾਨੂੰ ਲੱਭਣਾ ਕਿ ਨਹੀਂ ਲੱਭਣਾ, ਤੁਹਾਡੇ ਪਿੰਡ ਵਾਲਿਆਂ ਨੇ ਪੂਰਾ ਪਿੰਡ ਪੜ ਛੱਡਣਾ। ਹਾਂਜੀ, ਤੇ ਮੇਰਾ ਬ੍ਰਦਰ ਕਹਿੰਦਾ ਸੋਨਾ ਲੱਭਦੇ ਆ। ਇਹ ਵੀ ਦੱਸ ਦਵਾਂ ਵੀ ਮੇਰਾ ਬ੍ਰਦਰ ਕਹਿੰਦਾ ਵੀ ਉਹਦੇ ਉੱਤੇ ਚਿੱਟਾ ਸੱਪ ਬੈਠਾ ਆਪਾਂ ਨਹੀਂ ਸੋਨਾ ਕੱਢਣਾ। ਉਹਨਾਂ ਚੰਗਾ ਦਬਕਾ ਸੀ ਪਿੰਡ ਦੇ ਵਿੱਚ। ਕੀ ਨਾਂ ਸੀ ਉਹਨਾਂ ਦਾ? ਸਰਦਾਰ ਨਰਿੰਦਰ ਸਿੰਘ ਢਿੱਲੋਂ। ਨਰਿੰਦਰ ਸਿੰਘ ਢਿੱਲੋਂ, ਹਾਂਜੀ, ਉਹਨਾਂ ਦਾ ਚੰਗਾ ਦਬਕਾ ਵੀ ਪਿੰਡ ਦੇ ਵਿੱਚ ਹੈਗਾ ਸੀਗਾ ਵੀ ਲੋਕੀ ਉਹਨਾਂ ਨੂੰ ਥੋੜਾ ਬਹੁਤਾ ਉਹਨਾਂ ਤੋਂ ਡਰਦੇ ਵੀ ਸੀਗੇ ਲੋਕੀ, ਦੂਜਾ ਪੈਰ ਵੀ ਥੋੜਾ ਜਿਹਾ ਰੱਖਦੇ ਸੀ ਬਦਮਾਸ਼ੀ ਵਿੱਚ, ਬਦਮਾਸ਼ ਸੀ। ਹਾਂਜੀ, ਅੱਛਾ, ਵੀ ਬੰਦਿਆਂ ਉਹਨਾਂ ਨੂੰ ਚੰਗਾ ਰੱਖਦੇ ਸੀਗੇ। ਉਸ ਜਮਾਨੇ ਚ ਕੋਈ ਸ਼ਰਤਾਂ ਲੱਗ ਜਾਂਦੀਆਂ ਤੇ ਉਹਨਾਂ ਨੇ ਜਿੱਦਾਂ ਕਿਸੇ ਨੇ ਕਹਿਤਾ ਉਹਨਾਂ ਨੇ ਖੜੇ ਪੈਰ ਦੂਸਰਾ ਵਿਆਹ ਵੀ ਕਰਾ ਲਿਆ ਸੀ। ਵਾਹ। ਹਾਂਜੀ, ਦੋ ਵਿਆਹ ਸੀ, ਸ਼ਰਤ 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 ਕਰਾਈ, ਵਿਆਹ ਦੂਸਰਾ ਵਿਆਹ ਕਰਾ ਲਿਆ ਸੀ ਉਹਨਾਂ। ਹੁਣ ਤੇ ਵੈਸੇ ਕਿਸੇ ਦਾ ਇੱਕ ਨਹੀਂ ਹੁੰਦਾ, ਉਦੋਂ ਸ਼ਰਤਾਂ ਚ ਦੋ ਦੋ। ਅੱਛਾ, ਤੇ ਬਦਮਾਸ਼ੀ ਫਿਰ ਉੱਥੇ ਵੀ ਚੱਲੀ ਗਈ? ਨਹੀਂ, ਜੀਂਦੇ ਉਹ ਬੜੇ ਗੜਸ ਨਾਲ ਜੀਂਦੇ ਰਹੇ, ਅਣਖ ਨਾਲ ਜੀਂਦੇ ਸੀਗੇ। ਕੁਛ ਲੋਕਾਂ ਚ ਹੁੰਦਾ ਹੈ ਕਿ ਉਹ ਅਣਖ ਨਾਲ ਜੀਂਦੇ ਸਾਰੀ ਜ਼ਿੰਦਗੀ, ਮਾਰਨ ਐਂਡ ਤੱਕ ਉਹ ਬੰਦੇ ਦੀ ਵੀ ਜਦ ਗੱਲ ਵਿੱਚ ਹੈਗਾ ਸੀ ਜਾਨ ਸੀ। ਹਾਂਜੀ, ਕਰ ਦੇਣੀ ਆ ਉਹ ਕੋਈ ਹਵਾ ਚ ਗੱਲ ਨੀ ਕਰਦੇ, ਬਾਸ ਪਰਸਨੈਲਿਟੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੋ ਜਿਹੜੀ ਉਹਨਾਂ ਨੇ ਗੱਲ ਕਹਿਤੀ ਉਹ ਕਰਨੀ ਆ, ਉਹ ਤੇ ਪਿੱਛੋਂ ਨਹੀਂ ਹਟਣਾ। ਇਹ ਪੁਰਾਣੇ ਵੱਡਿਆਂ ਚ ਇੱਕ ਬਹੁਤ ਵੱਡੀ ਖੂਬੀ ਸੀ। ਇੱਕ ਮੇਰੇ ਦਾਦਾ ਜਿਹੜੇ ਵਿਚਾਰੜੇ ਸੀਗੇ ਉਹ ਜ਼ਿਆਦਾ ਹੈਗੇ ਸੀਗੇ, ਪੈਰ ਰੱਖਦੇ ਸੀਗੇ ਜਿੱਦਾਂ ਵੀ ਆਰਵ ਹੁੰਦੇ ਨੀ ਰਾਧਾ ਸਵਾਮੀ, ਰਾਧਾ ਸਵਾਮੀ। ਹਾਂਜੀ, ਉਹਨਾਂ ਦਾ ਜ਼ਮੀਨ ਜਮੂਨ ਕੋਈ ਮਤਲਬ ਨਹੀਂ ਸੀ ਹੈਗਾ, ਨਾ ਉਹਨਾਂ ਦਾ ਮਤਲਬ ਹੈਗਾ ਸੀ ਕਿਸੇ ਪਰਿਵਾਰ ਦੇ ਨਾਲ, ਰਬੀ ਰੂ ਸੀਗੇ। ਹਾਂਜੀ, ਉਹ ਆਪਣੇ ਆਪ ਚ ਮਸਤ ਰਹਿੰਦੇ ਸੀ ਬਸ, ਕਿ ਉਹ ਡੇਰੇ ਆਉਣਾ ਉਹਨਾਂ ਨੇ ਦੁੱਧ ਲੈ ਜਾਣਾ ਬਸ ਚੱਲ ਜਾਣਾ, ਰੱਬ ਰੱਬ ਕਰਨੀ, ਰੱਬ ਰੱਬ ਕਰਦੇ ਰਹਿੰਦੇ ਹੁੰਦੇ ਸੀਗੇ। ਚਲੋ, ਹੁਣ ਤੁਹਾਡੀ ਇਹ ਖੁਆਇਸ਼ ਪੂਰੀ ਹੋ ਗਈ ਹੈ ਜੀ, ਤੁਸੀਂ ਪਾਕਿਸਤਾਨ ਆ ਗਏ ਹੋ, ਅਤੇ ਬਾਕੀ ਹੁਣ ਤੁਹਾਡਾ ਉੱਥੇ ਪਿੰਡ 'ਚ ਜਾ ਕੇ ਲੱਭਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਤੁਹਾਡਾ ਘਰ ਆ, ਤੁਹਾਡੇ ਜਿਹੜੇ ਫੋਰ ਫਾਦਰ ਦੇ ਨਾਲ ਜਿਹੜੇ ਉੱਥੇ ਕੋਈ ਦੋਸਤ ਰਹਿੰਦੇ ਸੀ ਉਹਨਾਂ ਦੀ ਵੀ ਖੋਜ ਕਰਦੇ ਹਾਂ।
ਸਾਡਾ ਪਿੰਡ ਹੈਗਾ ਚੰਨ ਇਹੋ ਚੰਚ ਸੌਲਾ ਦੱਸੋ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ ਨਾਂ ਕੋਈ ਚੇਤੇ ਆ ਉਹਨਾਂ ਦੇ ਗੁਰਦਾਲ ਸੌਂ ਨੱਥਾ ਸੌਂ ਆਪਣਾ ਜ਼ਮੀਨ ਬਾਬਾ ਜੀ ਕਿਸ ਤਰ੍ਹਾਂ ਦਾ ਵਸੇਬ ਸੀ ਇੱਥੇ ਸਿੱਖ ਮੁਸਲਮਾਨ ਸਾਰੇ ਰਹਿੰਦੇ ਸੀਗੇ ਰਲਵੇਂ ਰਲਵੇਂ ਆਪਸ ਵਿੱਚ ਏਕਤਾ ਸੀਗੀ ਪਿੰਡ ਜਿਹਦੇ ਨਾਂ ਤੇ ਸੀ ਚੰਚਲ ਸਿੰਘ ਉਹਨਾਂ ਦਾ ਪਰਿਵਾਰ ਵੀ ਇੱਥੇ ਰਹਿੰਦਾ ਸੀ ਆਹੋ ਇੱਥੇ ਮੜੀ ਪਿੰਡ ਜਿਹੜਾ ਬੰਦਾ ਆਉਂਦਾ ਸੀ ਮੈਂ ਲੋਕੀ ਆਇਆ ਹੋ ਜਾਵਾਂ ਮੇਰੇ ਕੋਲ ਗੱਲ ਦਾ ਇਨਕਲਾਬ ਜੋ ਆਇਆ ਗੁਰਦੁਆਰਾ ਦੋ ਗੁਰਦੁਆਰੇ ਸੀ ਇੱਕ ਉਹ ਬੋਲ ਵਾਲਾ ਸੀ ਉਹ ਛੋਟਾ ਨਹੀਂ ਉਹ ਗੱਡੀਆਂ ਗੁੱਡੀਆਂ ਲਈ ਗਏ ਇੱਥੋਂ ਇੱਥੇ ਜੜ ਗਏ ਸੀ ਆਪਣਾ ਪੈਂਟ ਤੇ ਫਿਰ ਉਹ ਕੰਪ ਉੱਥੇ ਕਰੇ ਪੈਂਟ ਤਾਂ ਦੇ ਇੱਥੇ ਫਿਰ ਕੰਪ ਵੱਡਾ ਉਹਨਾਂ ਦਾ ਬਣ ਬਣਨਾ ਸਮਾਨ ਸਾਰਾ ਛੱਡ ਕੇ ਸਮਾਨ ਇੱਥੇ ਛੱਡ ਗਿਆ ਕਿ ਲੈ ਗਿਆ ਸੀ ਲੈ ਗਏ ਖੋਲ ਕੇ ਸਾਡਾ ਕੌਣ ਸਿੱਖ ਕੌਣ ਸੀ ਉਹ ਮਲਟੋਈਏ ਲੈ ਗਏ ਬੋਰਡ ਸਾਡਾ ਖੋਲ ਕੇ ਲੈ ਗਏ ਫਿਰ ਗਏ ਸਾਡਾ ਕੰਮ ਨਹੀਂ ਚੱਲਦਾ ਤੁਸੀਂ ਆ ਬੈਠਕਾ ਲੈ ਜਾਓ ਚੌਂਕਾ ਬੈਠਕਾ ਸੀ ਉਹ ਅਸੀਂ ਲੈ ਆਏ ਉਹ ਸੰਧਾ ਸਾਡੇ ਕੋਲ ਸੀ ਸੰਧੇ ਦੇ ਘਰ ਪਾ ਕੇ ਉਹਨੂੰ ਕੰਮ ਦਿੰਦੇ ਨਹੀਂ ਉਹ ਬੜਾ ਜਬਰ ਬਾਦਸ਼ਾਹ ਬੜਾ ਜਬਰ ਬੋਲ ਬਣਿਆ ਹਾਂਜੀ ਸਾਨੂੰ ਦੇ ਗਏ ਬੈਠਾ ਅਨਲਾਗ ਹਾਂ ਹਾਂ ਉਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਸੀ ਉਹਨਾਂ ਦੀ ਉਮਰ ਦਾ ਨੀ ਮੈਨੂੰ ਤੇ ਹੁਣ ਦਾ ਪਤਾ ਆਇਆ ਵੀ ਇੱਕ ਨੂੰ ਦੋ ਸਿਫਰੇ ਲੱਗ ਗਏ ਨੇ ਸੌ ਤੋਂ ਉੱਤੇ ਆ ਮੇਰੀ ਚਾਚਾ ਸੈਂਚਰੀ ਮਾਰ ਲਈ ਆ ਵੇਲਾ ਉਹ ਚੰਗਾ ਸੀ ਗਿਆ ਵਾਲਾ ਉਹ ਵੀ ਚੰਗਾ ਸੀ ਜਿਨ੍ਹਾਂ ਨਾਲ ਸਲੂਕ ਸੀ ਉਹ ਵੀ ਚੰਗਾ ਸੀ ਇਹ ਵੀ ਚੰਗੇ ਆ ਲੋਕ ਵੀ ਇੱਕ ਦੂਜੇ ਨਾਲ ਕੋਈ ਵੈਰ ਵਿਰੋਧ ਨਹੀਂ ਸਾਡਾ ਪਿੰਡ ਬੜਾ ਆਮਣੇ ਮਾਨ ਆ